एक दिन भाई रामा ते भाई त्रिलोका ये दोवें भरा श्री कलगीधर पातशाह दे दर्शन करन वास्ते आए हन। भाई रामा ते भाई त्रिलोका गुरु साहब दे चरणां विच भेटा लै के आए हन। एक गड्डा भर के अनाज दा, उहदे विच आटा भी है ते दालां भी हन गुरु के लंगर वास्ते। दोवें महाराज दे शरधालू हन क्योंकि इन्हां दे बजुर्ग बाबे फूल नूं श्री गुरु हरगोबिंद साहब गुरु हर राय साहब जी ने बख्शिशां कीतियां सन ते इह तां साध संगत जी टप्परी वास सन। एक जगह ते दो चार महीने झुग्गियां पा के अपने गड्डे खड़े करके टाइम पास करना ते उत्थों जे कोई उखाड़ दवे ते किसी दूसरे पिंड जा के बैठ जाना। बहुत ज़्यादा गरीबी दी हालत विच सन ते गुरु साहब गुरु हर राय साहब के सामने बाबे फूल ने ते संदली दोवां भरावां ने पेट बजाए सन। ते गुरु साहब इन्हां दे चाचे नूं पुछिया सी, कालिया ये न्याणे क्यों पेट ते हथ मारदे ने? काला कहिंदा महाराज भुखे ने, इन्हां दी मां मर गई है, आप तो रोटी मंगदे ने। सच्चे पातशाह कहिंदे इन्हां दे घोड़े जमुना ते सतलुज पाणी पिया करनगे, ਇਹ ਵਰ ਦੇ ਦਿੱਤਾ। ਸੋ ਉਹਦਾ ਪੁੱਤਰ ਬਾਬੇ ਫੂਲ ਦਾ ਰਾਮਾ ਅਤੇ ਤਲੋਕਾ ਇਹ ਦੋਵੇਂ ਭਰਾ ਬੜੀ ਸ਼ਰਧਾ ਨਾਲ ਸ਼੍ਰੀ ਕਲਗੀਧਰ ਜੀ ਦੇ ਦਰਸ਼ਨਾਂ ਲਈ ਦਮਦਮੇ ਸਾਹਿਬ ਆਏ ਹਨ। ਦਇਆ ਸਿੰਧ ਤਬ ਬੂਜਨ ਕਏ, ਦਇਆ ਦੇ ਸਮੁੰਦਰ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਕਲਗੀਧਰ ਰਾਮੇ ਤੇ ਤ੍ਰਿਲੋਕੇ ਵੱਲ ਵੇਖਿਆ ਤੇ ਪੁੱਛਿਆ। ਰਾਮਾ ਸਿੰਘ ਤੇ ਲੋਕ ਸਿੰਘ ਸੁਣ, ਮਹਾਰਾਜ ਕਹਿੰਦੇ ਰਾਮ ਸਿੰਘ ਤ੍ਰਿਲੋਕ ਸਿੰਘ ਭਾਈ ਰਸਤ ਸਕਟ ਭਰ ਲਿਆਏ ਬਹੁਤ ਮਨ, ਇਹ ਬਹੁਤ ਜ਼ਿਆਦਾ ਤੁਸੀਂ ਆਟਾ ਤੇ ਦਾਲ ਲੈ ਕੇ ਆਏ ਹੋ, ਗੱਡਾ ਭਰ ਕੇ ਲਿਆਏ ਹੋ। ਕਹਤੇ ਆਨੀ ਕੀਨ ਖਰੀਦ, ਇਹ ਰਸਤਾ ਕਿੱਥੋਂ ਖਰੀਦ ਕੇ ਲਿਆਂਦੀਆਂ ਹਨ? ਕਹਿ ਨਿਜ ਘਰ ਤੇ ਸਕਲ ਰਸੀਦ, ਮਹਾਰਾਜ ਕਹਿੰਦੇ ਮੁੱਲ ਖਰੀਦ ਕੇ ਲਿਆਇਆ ਹੈ ਜਾਂ ਆਪਣੇ ਖੇਤਾਂ ਦੇ ਵਿੱਚੋਂ ਲੈ ਕੇ ਆਇਆ ਹੈ? ਪਾਤਸ਼ਾਹ ਨਿਜ ਘਰ ਤੇ ਲਿਆਏ, ਭਾਈ ਰਾਮਾ ਭਾਈ ਤਲੋਕਾ ਹੱਥ ਜੋੜ ਕੇ ਕਹਿੰਦੇ ਸੱਚੇ ਪਾਤਸ਼ਾਹ ਜੀ, ਆਪ ਜੀ ਦੀ ਕਿਰਪਾ ਨਾਲ ਜਿਹੜੀ ਪੈਲੀ ਜ਼ਮੀਨ ਆਪਣੀ ਹੈ ਉਹਦੇ ਵਿੱਚੋਂ ਇਹ ਫਸਲ ਪੈਦਾ ਕੀਤੀ ਹੈ, ਆਪਣੇ ਘਰੋਂ ਹੀ ਲੈ ਕੇ ਆਏ ਹਾਂ। ਬੰਧਪ ਅਪਰਨ ਭੀ ਕੁਛ ਪਾਏ, ਬਾਕੀ ਕੁਛ ਸਾਡੇ ਭਾਈਚਾਰੇ ਨੇ, ਕੁਝ ਰਿਸ਼ਤੇਦਾਰਾਂ ਨੇ, ਜਿਹੜੇ ਸਾਡੇ ਚਾਚੇ ਤਾਇਆਂ ਦੇ ਹੋਰ ਜਿਹੜੇ ਲੋਕ ਨੇ ਪਿੰਡ ਵਾਲੇ ਮਹਾਰਾਜ ਦੇ ਨੇ, ਉਹਨਾਂ ਮਹਾਰਾਜਕਿਆਂ ਨੇ ਵੀ ਹਿੱਸਾ ਪਾਇਆ ਹੈ। ਸਭ ਕੇ ਘਰ ਬਟੋਰ ਇਹ ਆਨੀ, ਸਾਰਿਆਂ ਦੇ ਘਰਾਂ ਚੋਂ ਇਕੱਠਾ ਕਰਕੇ ਇਹ ਮਹਾਰਾਜ ਲੰਗਰ ਦਾ ਸਮਾਨ ਰਸਤਾਂ ਬਸਤਾਂ ਲੈ ਕੇ ਆਏ ਹਾਂ ਦੋਵੇਂ ਭਰਾ ਆਪ ਜੀ ਦੇ ਚਰਨਾਂ ਵਿੱਚ। ਪੀ ਦਰਸ਼ਨ ਕੀ ਚਾਹ ਮਹਾਨੀ, ਆਪ ਜੀ ਦੇ ਦਰਸ਼ਨਾਂ ਦੀ ਬਹੁਤ ਇੱਛਾ ਸੀ ਮਹਾਰਾਜ, ਇਸ ਕਰਕੇ ਅਸੀਂ ਆਏ ਹਾਂ। ਇੱਕ ਸਿੱਖ ਗੁਰ ਕੇ ਨਿਕਟ ਉਚਾਰੇ, ਜਦੋਂ ਇਹ ਗੱਲ ਭਾਈ ਰਾਮ ਸਿੰਘ ਤ੍ਰਿਲੋਕ ਸਿੰਘ ਦੱਸ ਰਹੇ ਸਨ, ਸ਼੍ਰੀ ਕਲਗੀਧਰ ਪਾਤਸ਼ਾਹ ਦੇ ਕੋਲ ਬੈਠਾ ਇੱਕ ਸਿੰਘ ਦੱਸਣ ਲੱਗਾ। ਸਾਹਿਬਜ਼ਾਦੇ ਤਹਿ ਸਸਕਾਰੇ, ਇਹ ਮਹਾਰਾਜ ਇਹਨਾਂ ਦੋਵਾਂ ਭਰਾਵਾਂ ਨੇ ਸਾਹਿਬਜ਼ਾਦਿਆਂ ਦਾ ਸਸਕਾਰ ਕਰਨ ਵਿੱਚ ਬੜਾ ਯੋਗਦਾਨ ਪਾਇਆ ਹੈ। ਚਮਕੌਰ ਦੀ ਗੜੀ ਦੇ ਵਿੱਚ ਸ਼ਹੀਦੀਆਂ ਹੋ ਗਈਆਂ, ਆਲੇ ਦੁਆਲੇ ਲਾਸ਼ਾਂ ਖਿਲਰ ਗਈਆਂ। ਭਾਈ ਰਾਮ ਸਿੰਘ ਤ੍ਰਿਲੋਕ ਸਿੰਘ ਇਹ ਦੋਵਾਂ ਭਰਾਵਾਂ ਨੇ ਸਸਕਾਰ ਦੀ ਸੇਵਾ ਨਿਭਾਈ ਹੈ ਸਤਿਗੁਰੂ ਜੀ। ਇਨਹੋ ਕਰੀ ਕਰਤ ਤੁਰਕਨ ਮਾਹੀ, ਤੁਰਕਾਂ ਦੀ ਫੌਜ ਦੇ ਵਿੱਚ ਜਾ ਕੇ, ਤੁਰਕਾਂ ਦੇ ਘੇਰੇ ਵਿੱਚ ਜਾ ਕੇ ਦੋਵਾਂ ਭਰਾਵਾਂ ਨੇ ਸਸਕਾਰ ਦੀ ਸੇਵਾ ਨਿਭਾਈ ਹੈ। ਜਿਮ ਹੋਈ ਸੁਨੀਆ ਇਨ ਪਾਹੀ, ਮਹਾਰਾਜ ਇਹਨਾਂ ਨੂੰ ਪੁੱਛੋ ਸਸਕਾਰ ਸਾਹਿਬਜ਼ਾਦਿਆਂ ਦਾ ਕਿਵੇਂ ਕੀਤਾ ਸੀ? ਇੱਕ ਬਿਰਾੜ ਤਬ ਲਗਿਓ ਸੁਨਾਵਨ, ਤਾਂ ਰਾਮ ਸਿੰਘ ਦੇ ਨਾਲ ਇੱਕ ਬਿਰਾੜ ਉਹ ਦੱਸਣ ਲੱਗਾ। ਰਣ ਕੇ ਅੰਤ ਭਇਓ ਭੱਟ ਘਾਵਨ, ਸੱਚੇ ਪਾਤਸ਼ਾਹ ਜਦੋਂ ਚਮਕੌਰ ਦਾ ਜੰਗ ਹੋਇਆ ਆਪ ਜੀ ਦੀਆਂ ਅੱਖਾਂ ਦੇ ਸਾਹਮਣੇ ਹਜ਼ਾਰਾਂ ਤੁਰਕ ਮਾਰੇ ਗਏ ਤੇ 40 ਸਿੰਘ ਤੇ 2 ਸਾਹਿਬਜ਼ਾਦੇ ਵੀ ਸ਼ਹੀਦ ਹੋ ਗਏ। ਪ੍ਰਭ ਜੀ ਤੁਰਕਨ ਤੇ ਡਰ ਧਰਕੈ, ਮਹਾਰਾਜ ਤੁਰਕਾਂ ਦਾ ਬੜਾ ਦਬਦਬਾ ਸੀ, ਆਲੇ ਦੁਆਲੇ ਲੱਖਾਂ ਫੌਜਾਂ ਤੁਰਕਾਂ ਦੀਆਂ ਫਿਰ ਰਹੀਆਂ ਸਨ, ਉੱਥੇ ਕੋਈ ਪਰ ਵੀ ਨਹੀਂ ਸੀ ਮਾਰ ਸਕਦਾ ਪਰਿੰਦਾ, ਐਸੀ ਡਰਾਉਣੀ
ਹਾਲਤ ਸੀ ਉੱਥੇ ਕੋਈ ਖਲੋ ਵੀ ਨਹੀਂ ਸੀ ਸਕਦਾ। ਬੇਸ ਬਾਵਰੋ ਅਪਨੋ ਕਰਕੇ ਇਹ ਸਤਿਗੁਰੂ ਜੀ ਇਹ ਦੋਵੇਂ ਭਰਾ ਰਾਮ ਸਿੰਘ ਅਤੇ ਤਰਲੋਕ ਸਿੰਘ, ਰਾਮਾ ਤਲੋਕਾ ਉਦੋਂ ਨਾਮ ਸੀਗੇ, ਭਾਈ ਰਾਮਾ ਅਤੇ ਭਾਈ ਤਲੋਕਾ ਆਪਣੇ ਕੇਸ ਖਿਲਾਰ ਲਏ ਅਤੇ ਬਾਵਲੇ ਜੇ ਬਣ ਗਏ, ਝੱਲੇ ਜੇ ਬਣ ਗਏ, ਸਿਰ ਤੇ ਨਗਨ ਧੂਰ ਤਨ ਭਰੇ, ਔਰ ਆਪਣੇ ਸਰੀਰ ਦੇ ਉੱਤੇ ਮਿੱਟੀ ਪਾ ਲਈ, ਕੱਪੜੇ ਪਾੜ ਲਏ, ਜਿਵੇਂ ਕਮਲੇ ਹੁੰਦੇ ਹੈ ਨਾ, ਬੌਲੇ ਹੁੰਦੇ, ਏਦਾਂ ਦਾ ਬੌਲਿਆਂ ਵਾਲਾ ਰੂਪ ਬਣਾ ਲਿਆ। ਲੋਥਨ ਬ੍ਰਿੰਦਨ ਮਹਿ ਬਹੁ ਫਿਰੇ, ਤੇ ਲਾਸ਼ਾਂ ਵਿੱਚ ਲੱਭਦੇ ਫਿਰਦੇ ਆ ਵੀ ਸਾਹਿਬਜ਼ਾਦਿਆਂ ਦੇ ਸਰੀਰ ਲੱਭ ਜਾਣ ਸਾਨੂੰ। ਗਨ ਤੁਰਕਨ ਕੋ ਗੁਰ ਸੁੱਤ ਦੇਊ, ਕਿਉਂਕਿ ਗੁਰੂ ਸਾਹਿਬ ਜੀ ਦੇ ਦੋਵੇਂ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ ਤੇ ਬਾਬਾ ਜੁਝਾਰ ਸਿੰਘ ਜੀ, ਰਾਣ ਠਾਨਤ ਲੁਕਤੇ ਥਲ ਸੋ, ਉਹ ਤੁਰਕਾਂ ਨੂੰ ਨਜ਼ਰ ਨਹੀਂ ਆਏ, ਜੰਗ ਕਰਦੇ ਕਰਦੇ ਅਲੋਪ ਹੋ ਗਏ ਸਨ। ਦਿਸ਼ਟ ਪਰੇ ਨਹਿ ਦੋਨੋ ਭਾਈ, ਦੋਵੇਂ ਭਰਾ ਵੱਡੇ ਸਾਹਿਬਜ਼ਾਦੇ ਤੁਰਕਾਂ ਦੀ ਨਜ਼ਰ ਹੀ ਨਹੀਂ ਪਏ, ਤੁਰਕਾਂ ਤੋਂ ਆਪਣਾ ਆਪ ਛੁਪਾ ਲਿਆ ਸਾਹਿਬਜ਼ਾਦਿਆਂ ਨੇ। ਜਦੋਂ ਸ਼ਹੀਦੀ ਪਾਈ, ਅਖੀਰਲਾ ਸਵਾਸ ਆਇਆ ਤੇ ਆਪਣੀ ਦੇਹ ਗੁਪਤ ਕਰ ਲਈ। ਜੇ ਪਾਵਤ ਸਿਰ ਵੱਢ ਲੈ ਜਾਈ, ਉਹਦਾ ਕਾਰਨ ਇਹ ਸੀ ਵੀ ਜੇ ਸਾਹਿਬਜ਼ਾਦਿਆਂ ਦੇ ਸਰੀਰ ਤੁਰਕਾਂ ਨੂੰ ਨਜ਼ਰ ਆਉਂਦੇ ਤਾਂ ਉਹਨਾਂ ਨੇ ਸੀਸ ਵੱਢ ਕੇ ਲਿਜਾਣੇ ਸਨ ਅਤੇ ਬੇਅਦਬੀ ਕਰਨੀ ਸੀ। ਇੰਨੇ ਮਹਾਨ ਪਵਿੱਤਰ ਸਰੀਰਾਂ ਦੀ, ਦਾੜਿਆਂ ਦੀ, ਕੇਸਾਂ ਦੀ ਬੇਅਦਬੀ ਹੋਵੇ, ਇਸ ਤੋਂ ਬਚਾਅ ਕਰਨ ਲਈ ਬਾਬਾ ਅਜੀਤ ਸਿੰਘ ਸਾਹਿਬ ਜੀ ਨੇ, ਬਾਬਾ ਜੁਝਾਰ ਸਿੰਘ ਜੀ ਨੇ ਆਪਣੀ ਆਤਮਕ ਸ਼ਕਤੀ ਦੇ ਨਾਲ ਪਰਦਾ ਕਰ ਲਿਆ। ਤੁਰਕਾਂ ਦੀਆਂ ਅੱਖਾਂ 'ਤੇ ਘੱਟਾ ਪੈ ਗਿਆ, ਤੁਰਕਾਂ ਨੂੰ ਦੋਵੇਂ ਸਾਹਿਬਜ਼ਾਦਿਆਂ ਦੇ ਪਵਿੱਤਰ ਸਰੀਰ ਨਜ਼ਰੀ ਨਹੀਂ ਆਏ। ਆਪਣੇ ਜਾਨ ਦਾਸ ਇਨ ਤਾਈ, ਜਦੋਂ ਵੇਖਿਆ ਵੀ ਸਾਡੇ ਸਿੱਖ ਆ ਗਏ ਨੇ, ਭਾਈ ਰਾਮਾ ਤੇ ਤਰਲੋਕਾ, ਇਹ ਹੁਣ ਸਾਡੇ ਸਰੀਰਾਂ ਦੀ ਸੇਵਾ ਕਰਨਗੇ। ਦੋਨੋ ਲੋਥੈ ਦਈ ਦਿਖਾਈ, ਤਾਂ ਦੋਵੇਂ ਪਵਿੱਤਰ ਸਰੀਰਾਂ ਦੇ ਦਰਸ਼ਨ ਹੋਏ, ਵਾਹਿਗੁਰੂ ਪ੍ਰਤੱਖ ਕਰ ਦਿੱਤਾ ਸਾਹਮਣੇ ਸੇਵਕਾਂ ਦੇ। ਜਿਹੜਾ ਸਰੂਪ ਤੁਰਕਾਂ ਤੋਂ ਓਹਲੇ ਕਰ ਲਿਆ ਸੀ ਉਹ ਸਿੱਖਾਂ ਦੇ ਸਾਹਮਣੇ ਪ੍ਰਗਟ ਕਰ ਦਿੱਤਾ ਸ਼ਹੀਦਾਂ ਸਿੰਘਾਂ ਨੇ। ਘਨੇ ਘਾਵ ਸੁਣਤ ਸਨ ਪੂਰੇ, ਮਹਾਰਾਜ ਸਾਹਿਬਜ਼ਾਦੇ ਨੂੰ ਬੜੇ ਹੀ ਜ਼ਖਮ ਲੱਗੇ ਹੋਏ ਸਨ। ਦੋਵੇਂ ਹੀ ਸਾਹਿਬਜ਼ਾਦੇ, ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ ਦੇ ਸਿਰ ਤੋਂ ਲੈ ਕੇ ਪੈਰਾਂ ਤੱਕ ਕੋਈ ਅੰਗ ਐਸਾ ਨਹੀਂ ਸੀ ਜਿਨ੍ਹਾਂ ਵਿੱਚ ਤੀਰਾਂ ਅਤੇ ਗੋਲੀਆਂ ਨਾਲ ਛਾਨਣੀ ਨਾ ਹੋਇਆ ਹੋਵੇ ਸਰੀਰ, ਅਤੇ ਬਰਛੀਆਂ ਅਤੇ ਤਲਵਾਰਾਂ ਅਤੇ ਨੇਜਿਆਂ ਦੀਆਂ ਨੋਕਾਂ ਦੇ ਨਾਲ ਸਰੀਰ ਪੱਛਿਆ ਪਿਆ ਸੀ ਦੋਵਾਂ ਸਾਹਿਬਜ਼ਾਦਿਆਂ ਦਾ। ਪਰੇ ਪ੍ਰਿਥੀ ਪਰ ਦੀਰਘ ਸੂਰੇ, ਮਹਾਬਲੀ ਮਹਾਯੋਧੇ ਆਪ ਜੀ ਦੇ ਦੋਵੇਂ ਲਾਲ ਧਰਤੀ 'ਤੇ ਵਿਛਾਉਣਾ ਵਿਛਾ ਕੇ ਸੁੱਤੇ ਪਏ ਸਨ। ਰਿਸ ਤੇ ਭੌ ਹੈ ਚੜ੍ਹੀ ਬਿਸਾਲਾ, ਗੁੱਸੇ ਦੇ ਨਾਲ ਵੀਰ ਰਸ ਦੇ ਨਾਲ ਆ ਪਰਵੱਟੇ ਉਹਨਾਂ ਨੂੰ ਕੱਸੇ ਹੋਏ ਸਨ ਦੋਵਾਂ ਸਾਹਿਬਜ਼ਾਦਿਆਂ ਦੇ। ਸੁਭਟਨ ਸੇਜਾਂ ਪਰ ਤਿਸ ਕਾਲਾ, ਸੂਰਮਿਆਂ ਦੀ ਜਿਹੜੀ ਸੇਜ ਹੁੰਦੀ ਹੈ ਨਾ, ਯੋਧਿਆਂ ਦੀ ਸੇਜ ਹੁੰਦੀ ਹੈ, ਉਹ ਧਰਤੀ ਮਾਤਾ ਦੀ ਗੋਦ ਹੁੰਦੀ ਹੈ, ਰਣ ਭੂਮੀ, ਉਹ ਰਣ ਭੂਮੀ ਦੀ ਸੇਜਾ 'ਚ ਸੁੱਤੇ ਹੋਏ ਸਨ। ਪ੍ਰਥਮ ਸਕੇਲ ਕਾਠ ਗਨ ਮਹਾ, ਇਹਨਾਂ ਦੋਵਾਂ ਭਰਾਵਾਂ ਨੇ, ਭਾਈ ਰਾਮੇ ਤੇ ਭਾਈ ਤਰਲੋਕੇ ਨੇ, ਲੱਕੜਾਂ ਬਾਲਣ ਇਕੱਠਾ ਕੀਤਾ, ਚਿਖਾ ਬਣਾਏ ਧਰੇ ਤਨ ਤਾਹਾਂ, ਚਿਖਾ ਬਣਾ ਕੇ ਉੱਤੇ ਸਰੀਰ ਸਜਾ ਦਿੱਤੇ। ਦੋਨੋਂ ਭਰਾਤਾ ਕੋ ਸਸਕਾਰੇ, ਦੋਵਾਂ ਭਾਈਆਂ ਦਾ ਸਸਕਾਰ ਕੀਤਾ ਸਤਿਗੁਰੂ ਜੀ। ਹਿਮ ਕੀਨਸ ਇਨ ਦਾਸ ਤਿਹਾਰੇ, ਇਹ ਤੁਹਾਡੇ ਸੇਵਕ ਹਨ, ਇਸ ਤਰ੍ਹਾਂ ਇਹਨਾਂ ਨੇ ਸਾਹਿਬਜ਼ਾਦਿਆਂ ਦਾ ਸਸਕਾਰ ਕੀਤਾ ਹੈ। ਸੁਣ ਕਰ ਪਰਮ ਪ੍ਰਸੰਨ ਵਿਸਾਲਾ, ਜਾਣੀ ਜਾਣ ਜਾਣਦੇ ਤਾਂ ਸਭ ਕੁਛ ਸਨ, ਸਿੱਖਾਂ ਤੋਂ ਸੁਣ ਕੇ ਭਾਈ ਰਾਮੇ ਤੇ ਭਾਈ ਤਰਲੋਕੇ ਤੇ ਬੜੇ ਪ੍ਰਸੰਨ ਹੋਏ ਹਨ। ਸ਼੍ਰੀ ਮੁਖ ਤੇ ਭਾਖਿਓ ਤਿਸ ਕਾਲਾ, ਔਰ ਆਪਣੇ ਮੁਖਾਰਬਿੰਦ ਤੋਂ ਇਹ ਬਚਨ ਕਹੇ ਹਨ। ਰਾਮਾ ਸਿੰਘ ਤਿਲੋਕ ਸਿੰਘ ਸੁਣ, ਮਹਾਰਾਜ ਕਹਿੰਦੇ ਭਾਈ ਰਾਮ ਸਿੰਘ, ਭਾਈ ਤਰਲੋਕ ਸਿੰਘ ਸੁਣੋ, ਜਾਚ ਲਿਹੋ ਹਮ ਤੇ ਬਾਂਛਤ ਮਨ, ਤੁਸੀਂ ਸਾਡੇ ਪ੍ਰੇਮੀ ਸਿੱਖ ਹੋ, ਤੁਸੀਂ ਔਖੇ ਵੇਲੇ ਔਖੀ ਘਾਟੀ ਵਿੱਚ ਲੰਘ ਕੇ ਗੁਰੂ ਕੇ ਸਾਹਿਬਜ਼ਾਦਿਆਂ ਦਾ ਸਸਕਾਰ ਕੀਤਾ ਹੈ, ਉਹ ਬੜਾ ਕਠਿਨ ਸਮਾਂ ਸੀ, ਤੁਸੀਂ ਇਹ ਜਿਹੜੀ ਸੇਵਾ ਕੀਤੀ ਹੈ ਸਾਹਿਬਜ਼ਾਦਿਆਂ ਦੀ, ਇਹਦੇ ਬਦਲੇ 'ਚ ਸਾਡੇ ਕੋਲੋਂ ਮੰਗੋ ਕੀ ਮੰਗਦੇ ਹੋ।
ਗੁਰ ਅਨੁਕੂਲ ਜਾਣ ਕਰ ਆਛੇ। ਭਾਈ ਰਾਮੇ ਤੇ ਤਰਲੋਕੇ ਨੇ ਵੇਖਿਆ ਸਤਿਗੁਰੂ ਜੀ ਸਾਡੇ ਤੇ ਦਿਆਲ ਹੋ ਰਹੇ ਨੇ, ਸਾਡੇ ਤੇ ਕਿਰਪਾ ਕਰ ਰਹੇ ਨੇ। ਤੋਹੂ ਅਨ ਮੰਗਿਓ ਜਿਮ ਚਿਤ ਬਾਂਛੇ। ਤੇ ਹੱਥ ਜੋੜ ਕੇ ਸੱਚੇ ਪਾਤਸ਼ਾਹ ਨੂੰ ਬੇਨਤੀ ਕੀਤੀ, ਜੋ ਵੀ ਮਨ ਵਿੱਚ ਮੰਗ ਸੀ ਨਾ ਉਹ ਸਾਹਿਬ ਦੇ ਚਰਨਾਂ ਚ ਰੱਖ ਦਿੱਤੀ ਹੈ। ਪ੍ਰਭ ਜੀ ਜਬ ਕੇ ਹਮ ਇਤ ਆਏ। ਹੇ ਮਹਾਰਾਜ ਜੀ, ਹੇ ਸਤਿਗੁਰੂ ਜੀ, ਜਦੋਂ ਦੇ ਅਸੀਂ ਇੱਧਰ ਆਏ ਹਾਂ। ਭਲੀ ਪ੍ਰਕਾਰ ਨਾ ਪਾਏ ਜਮਾਏ। ਮਹਾਰਾਜ ਸਾਡੇ ਵੱਡੇ ਰਾਜਸਥਾਨ ਤੋਂ ਆਏ ਸਨ, ਰਾਜਾ ਸੰਤਲ ਉਹਦੇ ਸਮੇਂ ਸਾਧ ਸੰਗਤ ਜੀ ਪੁਆਰ ਵੰਸ਼ ਭੱਟੀ ਵੰਸ਼ ਇਹ ਪੁਰਾਣੀ ਰਾਜਪੂਤਾਂ ਦੀ ਜਾਤ ਸੀਗੀ। ਭੱਟੀਆਂ ਦੇ ਵਿੱਚ ਇੱਕ ਸੂਰਮਾ ਹੋਇਆ, ਉਹਦਾ ਨਾਮ ਸੀ ਸਿੱਧੂ। ਸਿੱਧੂ ਤੋਂ ਸਿੱਧੂ ਗੋਤ ਚੱਲ ਗਿਆ, ਉਹਦੀ ਫਿਰ ਬਾਰਵੀਂ ਜਾਂ ਨੌਵੀਂ ਪੀੜ੍ਹੀ 'ਚ ਬਰਾੜ ਹੋਇਆ, ਬਰਾੜ ਤੋਂ ਬਰਾੜ ਵੰਸ਼ ਚੱਲ ਗਿਆ, ਬਰਾੜ ਦੀ ਬਾਰਵੀਂ ਪੀੜ੍ਹੀ ਦੇ ਵਿੱਚ ਬਾਬਾ ਫੂਲ ਸਾਹਿਬ ਜੀ ਹੋਏ, ਜੋ ਰਾਮੇ ਦੇ ਤਰਲੋਕੇ ਦੇ ਪਿਤਾ ਜੀ ਸਨ, ਜਿਨ੍ਹਾਂ ਨੇ ਪੇਟ ਵਜਾਇਆ ਸਤਿਗੁਰਾਂ ਦੇ ਚਰਨਾਂ ਵਿੱਚ। ਭਾਈ ਰਾਮਾ ਤਰਲੋਕਾ ਕਹਿੰਦੇ, ਮਹਾਰਾਜ ਜਦੋਂ ਦਾ ਰਾਜਸਥਾਨ ਤੋਂ ਸਾਡਾ ਰਾਜ ਮੁਸਲਮਾਨਾਂ ਨੇ ਖੋਹ ਲਿਆ ਰਾਜਪੂਤਾਂ ਦਾ, ਅਸੀਂ ਪੰਜਾਬ ਦੀ ਧਰਤੀ ਵੱਲ ਆਏ, ਪਰ ਇੱਥੇ ਗਰੀਬ ਨਿਵਾਜ ਸਾਡੇ ਪੈਰ ਨਹੀਂ ਲੱਗੇ, ਸਾਨੂੰ ਕਾਮਯਾਬੀ ਨਹੀਂ ਮਿਲੀ, ਅਸੀਂ ਰਾਜ ਕਰਨਾ ਚਾਹੁੰਦੇ ਹਾਂ ਸੱਚੇ ਪਾਤਸ਼ਾਹ, ਪਰ ਹੋ ਕੇ ਰਾਜੇ ਅਤੇ ਦਰ ਦਰ ਦੀਆਂ ਠੋਕਰਾਂ ਖਾਣੀਆਂ ਪੈ ਰਹੀਆਂ ਨੇ, ਸਦੀਆਂ ਤੋਂ ਪਰੇਸ਼ਾਨ ਹਾਂ ਅਸੀਂ। ਕਹੂੰ ਨਾ ਭੂਮ ਹਮਾਰੀ ਭਈ। ਕੋਈ ਜ਼ਮੀਨ ਸਾਡੀ ਬਣੀ ਨਹੀਂ, ਕਿਸੇ ਜ਼ਮੀਨ ਦੇ ਅਸੀਂ ਮਾਲਕ ਨਹੀਂ ਬਣ ਸਕੇ, ਬਸ ਇੱਦਾਂ ਹੀ ਗੁਜ਼ਾਰਾ ਕਰਦੇ ਹਾਂ। ਮਹਾਰਾਜ ਬੜਾ ਔਖਾ ਟਾਈਮ ਪਾਸ ਹੁੰਦਾ ਹੈ। ਸਾਧ ਸੰਗਤ ਜੀ, ਜਦੋਂ ਮਹਾਰਾਜ ਸੱਤਵੇਂ ਪਾਤਸ਼ਾਹ ਜੀ ਆਏ ਨਾ, ਅਤੇ ਮਹਾਰਾਜ 'ਤੇ ਕੌੜਿਆਂ ਦਾ ਕਬਜ਼ਾ ਸੀਗਾ। ਕੌੜਾ ਇੱਕ ਬਰਾਦਰੀ ਸੀ, ਉਹ ਰਾਜੇ ਸੀ ਉੱਥੋਂ ਦੇ, ਉਹਨਾਂ ਦੇ ਮੁੰਡੇ ਬਹੁਤ ਸ਼ੈਤਾਨ ਸਨ। ਇਹਨਾਂ ਬਰਾੜਾਂ ਦੀਆਂ ਜਿਹੜੀਆਂ ਬੱਚੀਆਂ ਜਾਂਦੀਆਂ ਖੂਹ ਤੋਂ ਪਾਣੀ ਭਰਨ, ਉਹ ਲੱਜ ਦੇ ਨਾਲ ਲਟਕ ਜਾਂਦੇ, ਕਈਆਂ ਦੀਆਂ ਲੱਜਾਂ ਤੋੜ ਦਿੰਦੇ, ਘੜੇ ਭੰਨ ਦਿੰਦੇ। ਅਤੇ ਇੱਕ ਨੌਜਵਾਨ ਬੱਚੀ, ਉਹਦਾ ਨਾਂ ਰਜਿੰਦਰ ਕੌਰ ਲਿਖਿਆ ਗ੍ਰੰਥਾਂ ਵਿੱਚ, ਉਹ ਕਿਤੋਂ ਪਟਿਆ ਉੱਧਰੋਂ ਰਾਜਸਥਾਨ ਵੱਲੋਂ ਵਿਆਹ ਕੇ ਲਿਆਂਦੀ ਇਹਨਾਂ ਨੇ। ਉਹ ਜਦੋਂ ਬੱਚੀ ਪਾਣੀ ਭਰਨ ਗਈ ਨਾ ਇਹਨਾਂ ਦੀ ਨੂੰਹ, ਅਤੇ ਉਹਦੇ ਨਾਲ ਵੀ ਇਹਨਾਂ ਕੌੜਿਆਂ ਨੇ ਟਿੱਚਰਬਾਜ਼ੀ ਕੀਤੀ, ਉਹ ਫਿਰ ਘੜਾ ਭੰਨ ਕੇ ਉੱਥੇ ਦੇ ਘਰ ਆ ਗਈ। ਉਹਨੇ ਆ ਕੇ ਸਾਰਿਆਂ ਨੂੰ ਬਹੁਤ ਲਾਹਨਤਾਂ ਪਾਈਆਂ, ਵੀ ਮਰ ਜਾਓ ਤੁਸੀਂ, ਚੂੜੀਆਂ ਪਾ ਲਓ, ਤੁਹਾਨੂੰ ਲਾਹਨਤ ਹੈ, ਤੁਹਾਨੂੰ ਤੁਸੀਂ ਕਾਹਦੇ ਮਰਦੋ, ਵੀ ਇਹ ਸਾਡੀ ਬੇਇੱਜ਼ਤੀ ਹੁੰਦੀ ਹੈ, ਤੁਸੀਂ ਚੁੱਪ ਕਰਕੇ ਬੈਠੇ ਰਹਿੰਦੇ ਹੋ। ਅਤੇ ਉਹਨੇ ਫਿਰ ਜਦੋਂ ਇਹਨਾਂ ਨੂੰ ਵੰਗਾਰਿਆ ਨਾ, ਇਹ ਸਾਰੇ ਇਕੱਠੇ ਹੋ ਕੇ ਸੱਤਵੇਂ ਪਾਤਸ਼ਾਹ ਕੋਲ ਗਏ, ਉੱਥੇ ਮਹਾਰਾਜ ਗੁੰਬਟ ਸਾਹਿਬ ਬੈਠੇ ਹੋਏ ਸਨ। ਸੱਤਵੇਂ ਪਾਤਸ਼ਾਹ ਨੂੰ ਬੇਨਤੀ ਕੀਤੀ, ਮਹਾਰਾਜ ਸਾਡਾ ਜੀਣਾ ਹੀ ਹਰਾਮ ਹੈ। ਮਹਾਰਾਜ ਕਹਿੰਦੇ ਵੀ ਸੂਰਮੇ ਬਣੋ, ਮਰਦ ਬਣੋ। ਤਾਂ ਇਹ ਫਿਰ ਕਾਲਾ ਅਤੇ ਉਹਦੇ ਸਾਰੇ ਭਾਈਚਾਰੇ ਦੇ ਬੰਦੇ ਬਰਛੀਆਂ ਤਲਵਾਰਾਂ ਲੈ ਕੇ ਲੜਨ ਗਏ ਸਨ। ਜਿਹੜਾ ਕੌੜਿਆਂ ਦਾ ਸਰਦਾਰ ਸੀ ਜੈਤ ਪੁਰਾਣਾ, ਉਹ ਐਡਾ ਬਲੀ ਸੀ, ਕਹਿੰਦੇ ਸ਼ੇਰ ਦੇ ਮੂੰਹ 'ਚ ਹੱਥ ਪਾ ਕੇ ਜਵਾੜਾ ਪਾੜ ਦਿੰਦਾ ਸੀਗਾ। ਉਹਦਾ ਮੁਕਾਬਲਾ ਕਰਨਾ ਬੜਾ ਔਖਾ ਸੀ। ਅਤੇ ਸਤਿਗੁਰਾਂ ਨੂੰ ਕਹਿਣ ਲੱਗੇ, ਮਹਾਰਾਜ ਉਹਨੂੰ ਕੌਣ ਮਾਰੇਗਾ? ਕਾਲੇ ਨੂੰ ਥਾਪੀ ਦਿੱਤੀ, ਕਹਿੰਦੇ ਤੇਰੇ ਹੱਥੋਂ ਮਰਵਾਵਾਂਗੇ। ਜਦੋਂ ਜਾ ਕੇ ਕਾਲੇ ਨੇ ਬਰਛੀ ਮਾਰੀ, ਅਤੇ ਸਾਧ ਸੰਗਤ ਜੀ ਉਹ ਜੈਤ ਪੁਰਾਣਾ ਪਾਰ ਬੋਲਿਆ, ਅਤੇ ਉਹ ਜਦੋਂ ਸਤਿਗੁਰਾਂ ਕੋਲ ਆਇਆ ਨਾ ਕਾਲਾ, ਅਤੇ ਮਨ ਝੰਕਾਰ ਆ ਗਿਆ ਵੀ ਮੈਂ ਮਾਰ ਕੇ ਆਇਆ। ਅੱਗੇ ਸਤਿਗੁਰੂ ਪਾਤਸ਼ਾਹ ਮਹਾਰਾਜ ਆਪਣੇ ਹੱਥ 'ਤੇ ਰੁਮਾਲ ਲਪੇਟਿਆ ਹੋਇਆ, ਆ ਕੇ ਕਹਿੰਦਾ, ਮਹਾਰਾਜ ਇਹ ਹੱਥ ਨੂੰ ਕੀ ਹੋਇਆ? ਮਹਾਰਾਜ ਕਹਿੰਦੇ, ਤੂੰ ਮਾਰ ਕੇ ਆਇਆ? ਮਹਾਰਾਜ ਕਹਿੰਦੇ, ਉਹਨੇ ਜਿਹੜੀ ਬਰਛੀ ਤੈਨੂੰ ਮਾਰੀ ਸੀ ਉਹ ਕਿਵੇਂ ਰੋਕੀ ਸੀ? ਉਹਨੇ ਜੈਤ ਪੁਰਾਣੇ ਨੇ ਕਾਲੇ ਨੂੰ ਬਰਛੀ ਮਾਰੀ ਸੀ। ਕਹਿੰਦਾ, ਜੀ ਮੈਨੂੰ ਨਹੀਂ ਪਤਾ। ਸੱਚੇ ਪਾਤਸ਼ਾਹ ਇੱਕ ਲੋਹੇ ਦੀ ਐਰਨ, ਬਜ਼ੁਰਗਾਂ ਨੂੰ ਪਤਾ ਐਰਨ ਕੀ ਹੁੰਦੀ ਹੈ, ਜਿਹਦੇ 'ਤੇ ਲੋਹਾ ਕੁੱਟਦੇ ਨੇ, ਉਹ ਐਰਨ ਚੁੱਕੀ। ਕਹਿੰਦੇ, ਆਹ ਵੇਖ ਐਰਨ ਟੁਕੜੇ ਟੁਕੜੇ ਹੋਈ ਪਈ ਹੈ, ਇਹ ਅਸੀਂ ਇੱਥੋਂ ਸ਼ਹੀਦੀ ਪਹਿਰੇ ਵਿੱਚ ਚੁੱਕ ਕੇ ਅੱਗੇ ਕਰ ਦਿੱਤੀ ਸੀ, ਉਹ ਬਰਛੀ ਉਹਦੀ ਇੰਨੀ ਬਲ ਨਾਲ ਵੱਜੀ ਸੀ ਇਹਦੇ ਟੁਕੜੇ ਹੋ ਗਏ, ਅਤੇ ਇਹ ਸਾਡੇ ਹੱਥ ਦੇ ਵਿੱਚ ਬਰਛੀ ਦੀ ਨੋਕ ਵੱਜੀ ਹੈ, ਐਵੇਂ ਨਹੀਂ ਮਰਿਆ ਜੈਤ ਪੁਰਾਣਾ। ਫਿਰ ਕਾਲਾ ਚਰਨੀ ਪੈ ਗਿਆ, ਅਤੇ ਫੂਲ ਅਤੇ ਸੰਦਲੀ ਨੇ ਫਿਰ ਪੇਟ ਵਜਾਇਆ ਸੀ, ਵਰ ਲਿਆ ਸੀ। ਤਾਂ ਉਹ ਹੁਣ ਰਾਮਾ ਅਤੇ ਤਰਲੋਕਾ ਉਸੇ ਫੈਮਿਲੀ ਦੇ ਵਿੱਚੋਂ ਨੇ,
ਉਹ ਫੂਲ ਦੇ ਬੱਚੇ ਨੇ, ਦਸਵੇਂ ਪਾਤਸ਼ਾਹ ਨੂੰ ਕਹਿ ਰਹੇ ਨੇ, ਮਹਾਰਾਜ ਜਦੋਂ ਦੇ ਅਸੀਂ ਰਾਜਸਥਾਨ ਤੋਂ ਆਏ ਹਾਂ ਸਾਡਾ ਪੰਜਾਬ ਵਿੱਚ ਪੈਰ ਨਹੀਂ ਲੱਗਾ। ਜਿਮ ਰਾਹਕ ਅਪਰਨ ਨਿਜ ਲਾਈ, ਮਹਾਰਾਜ ਜਿਵੇਂ ਦੂਜੇ ਜ਼ਿਮੀਦਾਰਾਂ ਨੇ ਆਪਣੀਆਂ ਪੈੜੀਆਂ ਬਣਾ ਲਈਆਂ, ਕਿਸੇ 100 ਕਿੱਲਾ ਕਿਸੇ 500 ਕਿੱਲਾ ਆਪਣੀ ਆਪਣੀ ਉਹਨਾਂ ਨੇ ਚੌਧਰ ਕਾਇਮ ਕਰ ਲਈ, ਪਰ ਮਹਾਰਾਜ ਸਾਡਾ ਕਬੀਲਾ ਗਰੀਬਾਂ ਦਾ ਬਹੁਤ ਦੁਖੀ ਹੈ, ਸਾਡਾ ਬਰਾੜਾਂ ਦਾ ਪੰਜਾਬ ਵਿੱਚ ਪੈਰ ਨਹੀਂ ਲੱਗ ਰਿਹਾ। ਦਇਆ ਸਿੰਧ ਸੁਨ ਧੀਰਜ ਦੀਨ, ਦਇਆ ਦੇ ਸਮੁੰਦਰ ਸ੍ਰੀ ਕਲਗੀਧਰ ਪਾਤਸ਼ਾਹ ਰਾਮੇ ਤ੍ਰਿਲੋਕੇ ਦੀ ਬੇਨਤੀ ਸੁਣ ਕੇ ਵਰ ਦਿੰਦੇ, ਧੀਰਜ ਦਿੰਦੇ ਹਨ। ਤੁਮ ਤੋ ਦੋਸ਼ ਸਕਲ ਹੀ ਲੀਨ, ਤੁਮ ਤੋ ਦੇਸ਼ ਸਕਲ ਹੀ ਲੀਨ। ਮਹਾਰਾਜ ਕਹਿੰਦੇ ਰਾਮਿਆ ਤ੍ਰਿਲੋਕਿਆ, ਤੁਹਾਡੇ ਦੇ ਸੱਤਵੇਂ ਪਾਤਸ਼ਾਹ ਬੜੀ ਕਿਰਪਾ ਕਰਕੇ ਵਰ ਦੇ ਗਏ, ਤੁਹਾਡੇ ਜਮਨਾ ਚ ਪਾਣੀ ਪੀਆ ਕਰਨੇ। ਇਹ ਵਰ ਦਿੱਤਾ ਸੱਤਵੇਂ ਪਾਤਸ਼ਾਹ ਨੇ ਭਾਈ ਫੂਲ ਨੂੰ, ਕਹਿੰਦੇ ਇਹਨਾਂ ਦੇ ਘੋੜੇ ਜਮਨਾ ਅਤੇ ਸਤਲੁਜ ਵਿੱਚ ਪਾਣੀ ਪੀਆ ਕਰਨਗੇ, ਯਾਨੀ ਜਮਨਾ ਤੋਂ ਲੈ ਕੇ ਸਤਲੁਜ ਦਾ ਵਿਚਕਾਰ ਇਹਨਾਂ ਦਾ ਰਾਜ ਹੋਵੇਗਾ। ਹਾਂਜੀ, ਆਏ ਐਸੇ ਪਾਏ ਤੁਮਾਰੇ ਜਮੈ, ਐਸੇ ਪਾਏ ਤੁਮਾਰੇ ਜਮੈ, ਇਸ ਤਰ੍ਹਾਂ ਤੁਹਾਡੇ ਪੈਰ ਜੰਮਣਗੇ। ਭੂਪਨ ਭੂਪ ਦੇਸ਼ ਗਨ ਨਮੈ, ਰਾਜਿਆਂ ਦੇ ਰਾਜੇ ਹੋਵੋਗੇ ਤੇ ਸਾਰੀ ਦੁਨੀਆ ਦੇਸ਼ ਸਾਰਾ ਤੁਹਾਨੂੰ ਸਲਾਮਾ ਕਰਿਆ ਕਰੇਗਾ। ਦਿੱਲੀ ਲਵਪੁਰ ਕੋਏ ਵਿੱਚ ਵਧੋ, ਦਿੱਲੀ ਦੇ ਲਾਹੌਰ ਦੇ ਵਿਚਕਾਰ ਤੁਹਾਡਾ ਵਾਧਾ ਹੋਵੇਗਾ। ਇੱਕ ਪਾਸੇ ਲਾਹੌਰ ਦਾ ਰਾਜ ਖਾਲਸੇ ਦਾ, ਦੂਜੇ ਪਾਸੇ ਦਿੱਲੀ ਅੰਗਰੇਜ਼ਾਂ ਦਾ, ਵਿਚਕਾਰ ਰਾਜ ਪਟਿਆਲਾ ਅਤੇ ਨਾਭਾ ਅਤੇ ਜੀਂਦ ਇਹਨਾਂ ਰਾਜਿਆਂ ਦਾ ਹੋਇਆ। ਇਹ ਉਹੀ ਪਰਿਵਾਰਾਂ ਦਾ ਜ਼ਿਕਰ ਆ ਰਿਹਾ। ਮਹਾਰਾਜ ਕਹਿੰਦੇ ਦਿੱਲੀ ਅਤੇ ਲਾਹੌਰ ਦੇ ਵਿਚਕਾਰ ਰਾਜ ਕਰੋਗੇ, ਗ੍ਰਾਮ ਹਜ਼ਾਰਨ ਹੀ ਕਹੋ ਸਦੋ, ਤੁਸੀਂ ਤੇ 5-10-20 ਕਿੱਲੇ 50 ਕਿੱਲੇ 100 ਕਿੱਲੇ ਜ਼ਮੀਨ ਨੂੰ ਤਰਸਦੇ ਹੋ, ਹਜ਼ਾਰਾਂ ਪਿੰਡਾਂ ਦੇ ਮਾਲਕ ਹੋਵੋਗੇ। ਕੁਰਸੀ ਬਹੁਤ ਬਕੁਰਸੀ ਰਾਜ, ਪੀੜ੍ਹੀ ਦਰ ਪੀੜ੍ਹੀ ਕੁਰਸੀ ਬਕੁਰਸੀ ਤੁਹਾਡਾ ਰਾਜ ਚੱਲੇਗਾ। ਅੱਜ ਰਾਮਾ ਉਹਦੇ 2 ਪੁੱਤਰ ਹੋਏ, ਤ੍ਰਿਲੋਕੇ ਦੇ 2 ਪੁੱਤਰ ਹੋਏ, ਸੁਖਚੈਨ ਸਿੰਘ ਅਤੇ ਗੁਰਦਿੱਤ ਸਿੰਘ। ਇੱਕ ਨੇ ਨਾਭਾ ਵਸਾਇਆ ਅਤੇ ਇੱਕ ਨੇ ਜੀਂਦ ਵਸਾਇਆ। ਰਾਮੇ ਦਾ ਹੋਇਆ ਬਾਬਾ ਆਲਾ ਸਿੰਘ, ਜਿਹਨੇ ਪਟਿਆਲਾ ਵਸਾਇਆ, ਅਤੇ ਅਗਾਂਹ ਦੀ ਗਾਂ ਇਹਨਾਂ ਦੀਆਂ 3 ਰਿਆਸਤਾਂ ਨਾਭਾ, ਜੀਂਦ ਅਤੇ ਪਟਿਆਲਾ, ਵੱਡੀਆਂ ਰਿਆਸਤਾਂ ਮਹਾਰਾਜੇ ਕੋ ਆਏ ਸਾਰੇ। ਸੱਚੇ ਪਾਤਸ਼ਾਹ ਕਲਗੀਧਰ ਜੀ 7ਵੇਂ ਪਾਤਸ਼ਾਹ ਦੇ ਵਰ ਨੂੰ ਦੁਰਾ ਰਹੇ ਨੇ, ਕਹਿੰਦੇ ਤੁਹਾਨੂੰ 7ਵੇਂ ਪਾਤਸ਼ਾਹ ਨੇ ਜਮੁਨਾ ਅਤੇ ਸਤਲੁਜ ਦੇ ਵਿਚਕਾਰ ਦਾ ਰਾਜ ਦਿੱਤਾ ਹੈ, ਤੁਹਾਡੇ ਹਜ਼ਾਰਾਂ ਪਿੰਡ ਕੁਰਸੀ ਬਕੁਰਸੀ ਰਾਜ ਚੱਲੇਗਾ। ਪੈ ਹੋ ਵੱਡੋ ਅਨੇਕ ਸਮਾਜ, ਬੜਾ ਰਾਜ ਸਮਾਜ ਹੋਵੇਗਾ ਤੁਹਾਡਾ। ਹਮਰੇ ਹਿੱਤ ਇਮ ਕਾਰਜ ਕੀਨ, ਸਾਡੇ ਸਾਹਿਬਜ਼ਾਦਿਆਂ ਦੇ ਸੰਸਕਾਰ ਦੀ ਸੇਵਾ ਕੀਤੀ ਹੈ, ਇਹਦਾ ਬਦਲਾ ਤੁਹਾਨੂੰ ਗੁਰੂ ਨਾਨਕ ਸਾਹਿਬ ਦੇਣਗੇ, ਤੁਹਾਡਾ ਰਾਜ ਜਮੁਨਾ ਅਤੇ ਸਤਲੁਜ ਦੇ ਵਿਚਕਾਰ ਕਾਇਮ ਹੋਵੇਗਾ। ਇਸੀ ਹੇਤ ਕਰ ਸਭ ਕੁਛ ਲੀਨ, ਇਸੇ ਕਰਕੇ ਸਾਰਾ ਕੁਝ ਲਿਆ ਤੁਸੀਂ, ਕੋ ਸੇਵਾ ਕਰਕੇ ਖਟਿਆ ਹੈ। ਇਮ ਕਹਿ ਅਪਰ ਜੇਥੇ ਤਿੰਨ ਸਾਥ, ਇਹ ਕਹਿ ਕੇ ਇਸ ਕਲਗੀਧਰ ਪਾਤਸ਼ਾਹ ਨੇ ਜਿਹੜੇ ਰਾਮੇ ਤੇ ਤ੍ਰਿਲੋਕੇ ਦੇ ਨਾਲ ਹੋਰ ਬੰਦੇ ਸਨ ਆਏ ਹੋਏ, ਤਿੰਨ ਪਰ ਖੁਸ਼ੀ ਕਰੀ ਤਬ ਸਨਾਥ, ਸਾਰਿਆਂ ਨੂੰ ਸਰੋਪੇ ਬਖਸ਼ਿਸ਼ ਕੀਤੇ, ਸਾਰਿਆਂ ਤੇ ਖੁਸ਼ੀ ਕੀਤੀ, ਕਿਰਪਾ ਦ੍ਰਿਸ਼ਟੀ ਦੀ ਮਹਾਰਾਜ ਸੱਚੇ ਪਾਤਸ਼ਾਹ ਨੇ ਵਰਖਾ ਕੀਤੀ ਹੈ। ਮਨੋ ਕਾਮਨਾ ਪੂਰਨ ਭਈ, ਇਹਨਾਂ ਦੀ ਮਨੋ ਕਾਮਨਾ ਪੂਰੀ ਕਰ ਦਿੱਤੀ ਹੈ। ਇਹਨਾਂ ਨੂੰ ਸਾਧ ਸੰਗਤ ਜੀ ਬਰਾੜਾਂ ਨੂੰ ਮਹਾਰਾਜ ਨੇ ਮਾਲਵੇ ਦੇ ਬਾਦਸ਼ਾਹ ਬਣਾ ਦਿੱਤਾ, ਰਾਜੇ ਬਣਾ ਦਿੱਤਾ ਹੈ। ਦੋਨੋਂ ਕੋ ਦਸਤਾਰ ਦੋ ਦਈ, ਦੋਵਾਂ ਭਰਾਵਾਂ ਨੂੰ ਰਾਮ ਸਿੰਘ ਨੂੰ ਤੇ ਤ੍ਰਿਲੋਕ ਸਿੰਘ ਨੂੰ 2 ਦਸਤਾਰਾਂ ਦਿੱਤੀਆਂ ਹਨ, ਪੱਗਾਂ ਬਣਾਈਆਂ ਹਨ ਸਿਰ ਦੇ ਉੱਤੇ। ਸਪਤ ਦਿਵਸ ਗੁਰ ਕੇ ਢਿੱਗ ਰਹੇ, ਭਾਈ ਰਾਮਾ ਤੇ ਭਾਈ ਤ੍ਰਿਲੋਕਾ ਸ੍ਰੀ ਦਮਦਮੇ ਸਾਹਿਬ ਸਾਬੋ ਕੀ ਤਲਵੰਡੀ ਕਲਗੀਧਰ ਦੇ ਚਰਨਾਂ ਚ 7 ਦਿਨ ਰਹੇ ਹਨ। ਬਰ ਲੇਕਰ ਦਰਸ਼ਨ ਬਰ ਲਹੇ, ਮਹਾਰਾਜ ਤੋਂ ਵਰ ਲਿਆ ਹੈ, ਦਰਸ਼ਨ ਪ੍ਰਾਪਤ ਕੀਤੇ, ਸੰਗਤ ਕੀਤੀ, ਕੀਰਤਨ ਸੁਣਿਆ, ਕਲਗੀਧਰ ਦੇ ਅਗੰਮੀ ਚੋਜਾਂ ਦੇ ਦਰਸ਼ਨ ਕੀਤੇ ਹਨ। ਪੁਨ ਰੁਖਸਤ ਹੋਏ ਘਰ ਕੋ ਗਏ, ਫਿਰ ਭਾਈ ਰਾਮ ਸਿੰਘ ਤ੍ਰਿਲੋਕ ਸਿੰਘ ਮਹਾਰਾਜ ਕੋਲੋਂ ਆਗਿਆ ਲੈ ਕੇ ਪਿੰਡ ਚਲੇ ਗਏ, ਆਪਣੇ ਨਗਰ ਜਾ ਕੇ ਮਹਾਰਾਜ ਦੇ ਵਿੱਚ ਆਪਣਾ ਪ੍ਰਬੰਧ
ਅੱਗੇ ਨਾਲੋਂ ਹੋਰ ਤਗੜਾ ਕੀਤਾ ਹੈ। ਤਬ ਤੇ ਬਦੇ ਰਾਜ ਵੱਡ ਭਏ। ਉਸ ਤੋਂ ਬਸ ਉਹ ਦਿਨ ਤੋਂ ਅੱਜ ਹੋਰ ਤੇ ਕੱਲ ਹੋਰ ਵਾਧਾ ਹੀ ਹੁੰਦਾ ਗਿਆ। ਜ਼ਮੀਨਾਂ ਜੁੜਦੀਆਂ ਗਈਆਂ, ਪਿੰਡਾਂ ਦੇ ਕਬਜ਼ੇ ਕਰਦੇ ਗਏ, ਸੂਰਮੇ ਬਣ ਗਏ। ਫਿਰ ਬਾਬਾ ਆਲਾ ਸਿੰਘ ਦੀ ਤਾਂ ਧਾਂਗ ਪੈ ਗਈ ਸੀ ਦਿੱਲੀ ਤੱਕ, ਅਹਿਮਦ ਸ਼ਾਹ ਅਬਦਾਲੀ ਤੱਕ। ਉਹਦੇ ਗੱਲਾਂ ਜ਼ਿਕਰ ਆਉਂਦਾ ਇਤਿਹਾਸ ਵਿੱਚ, ਪੰਥ ਪ੍ਰਕਾਸ਼ ਵਿੱਚ ਬੜਾ ਲੰਮਾ ਚੌੜਾ। ਸੋ ਇਹ ਕਲਗੀਧਰ ਪਾਤਸ਼ਾਹ ਦੀਆਂ ਬਖਸ਼ਿਸ਼ਾਂ ਦੇ ਨਾਲ ਐਡੇ ਵੱਡੇ ਮਹਾਰਾਜੇ ਬਣ ਗਏ ਪਟਿਆਲਾ, ਨਾਭਾ ਅਤੇ ਜੀਂਦ। ਇਹ ਸਤਿਗੁਰੂ ਮਹਾਰਾਜ ਦੇ ਬਚਨ ਸਨ, ਇਨ ਗਰੀਬ ਸਿੱਖਣ ਕੋ ਦਿਓ ਪਾਤਸ਼ਾਹੀ, ਇਹ ਯਾਦ ਕਰੈਂ ਹਮਰੀ ਗੁਰਿਆਈ, ਇਨਹੀ ਕੋ ਸਰਦਾਰ ਬਣਾਉਂ ਤਬੈ ਗੋਬਿੰਦ ਸਿੰਘ ਨਾਮ ਕਹਾਉਂ। ਜਿਨ ਕੀ ਸਰਦਾਰੀ, ਜਿਨ ਕੀ ਜਾਤ ਗੋਤ ਕੁਲ ਮਾਹੀ, ਸਰਦਾਰੀ ਵੀ ਨਹੀਂ ਕਦਾਈ, ਉਨਹੀ ਕੋ ਸਰਦਾਰ ਬਣਾਉਂ ਤਬੈ ਗੋਬਿੰਦ ਸਿੰਘ ਨਾਮ ਕਹਾਉਂ। ਨਾਭਾ ਅਰ ਦੂਸਰ ਪਟਿਆਲਾ, ਇੱਕ ਰਾਜਾ ਨਾਭੇ ਵਾਲਾ ਹੋਇਆ, ਇੱਕ ਪਟਿਆਲੇ ਵਾਲਾ ਹੋਇਆ। ਗੁਰਬਚ ਤੇ ਇਹ ਭੀ ਮਹਿਪਾਲਾ, ਤੀਜਾ ਜੀਂਦ ਦਾ ਰਾਜਾ ਹੋਇਆ। ਇਹ ਤਿੰਨ ਰਾਜੇ, ਜੀਂਦ ਵਿੱਚ ਸਭ ਤੋਂ ਪ੍ਰਤਾਪੀ ਮਹਾਰਾਜਾ ਗਜਪਤ ਸਿੰਘ ਜੀ ਹੋਏ, ਜਿਨ੍ਹਾਂ ਦੀ ਬੇਟੀ ਦੇ ਪੇਟ ਤੋਂ ਮਹਾਰਾਜਾ ਸ਼ੇਰੇ ਪੰਜਾਬ ਰਣਜੀਤ ਸਿੰਘ ਜੀ ਦਾ ਜਨਮ ਹੋਇਆ। ਇਹ ਗਜਪਤ ਸਿੰਘ ਨਾਨਾ ਸੀਗਾ ਜੀਂਦ ਵਾਲਾ, ਰਣਜੀਤ ਸਿੰਘ ਸ਼ੇਰੇ ਪੰਜਾਬ ਦਾ। ਸੋ ਇਹ ਗੁਰੂ ਸਾਹਿਬ ਦੀਆਂ ਬਖਸ਼ਿਸ਼ਾਂ, ਐਡੇ ਵੱਡੇ ਮਹਾਰਾਜੇ ਸੂਰਮੇ ਯੋਧੇ ਹੋਏ ਹਨ।